स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड तामकोट श्री मुक्तसर साहब जिले का पिंड है रपाणे तो सड़क सीधी तामकोट नूं आउंदी है। इस घर दे विच बाई जी होरां कोल एक डेयरी फार्म बनाया हुआ डेयरी ते दुध पाउंदे आ ते घरे पशु जिहड़े उह रखदे आ। अज दी जिहड़ी वीडियो दोस्तो उहदे च इक इह मज थोड़ा टाइम पहलां दी सूई है बच्चा इहदा नाल है चंगे दुध ते बाई दस्ता चलती है। ये तो बिना एक होर मज सामने जी गाला कर रही है भी तोकड़ है थोड़ा टाइम होया गबन भी है पर पास च नहीं हैगी चेक पास नहीं हजे हुई नेड़ है चेक पास होने दे ते एक इधर दसो कन्फर्म चेक पास तोकड़ गबन मज है दुध भी नाल दे रही है। सो डिटेल इन्हां तिना पशुआं बारे तिना मझां बारे बाई तो पुछांगे आपां वीडियो ने एंड तक देखियो ते जिहड़ा पशु थोड़े पसंद आ जे तसली आप करनी है दुध की चवाई दो टाइम तो गबन चेक पास इतों आप दी करवा के लैके जायो। सो इन्हों तिना बारे आओ वीर तो इनफॉर्मेशन लेनी है तो नाल थोनू पशु तोड़ के दिखा देंगे भाई। सत श्रीकाल। सत श्रीकाल नाम दस दें जगजीत सिंह। ठीक है जगजीत भाई ये मत कहना सूआ सूई है ये भाई तीजा सूआ सूई है। तीजा सूआ सूई है तो कि चिर हो गया सूई में इन पौने दो महीने के लगभग हो गए पौने दो महीने। हाँ जी ठीक है दुध इस टाइम कि दे रही है दुध इस टाइम 13 लीटर 13 तो प्लस प्लस होएगा। ਠੀਕ ਹੈ ਚੰਗੇ ਦੁੱਧ ਚੱਲੀ ਜਾਂਦੀ ਸੀਗੀ ਹੀਟ ਚ ਆ ਗਈ ਵੀਰੇ ਇਹ ਠੀਕ ਹੈ ਰਾਤ ਹੀ ਇਹਦੀ AI ਕਰਵਾਈ ਹੈ ਸ਼ਾਮ ਨੂੰ ਇੱਕ ਸ਼ਾਮ ਨੂੰ ਕਰਵਾ ਦਾਂਗੇ ਤਾਰਾਂ ਬਹੁਤ ਦੇ ਰਹੀ ਹੈ ਇਹ ਠੀਕ ਹੈ ਉਹਦਾ ਕਰਕੇ ਦੁੱਧ ਦਾ ਫਰਕ ਪਾ ਦਾ ਜੀ। ਠੀਕ ਹੈ ਵੈਸੇ 16 ਕਿਲੋ ਤੇ ਕਿੰਨੇ ਦੇ ਸੀ 16 ਪਲੱਸ ਚੱਲੀ ਜਾਂਦੀ ਸੀ 16 ਪਲੱਸ ਸੀ। ਹਾਂਜੀ ਹੁਣ 13 ਕਿਲੋ ਤੋਂ ਬਾਹਰ ਹੈਗਾ ਜਿੰਨੇ ਹੈਗਾ ਹੈਗਾ ਵੀਰੇ ਦੋ ਡੰਗ ਚੋ ਕੇ ਲਵੇ ਜਿਹੜੇ ਵੇਚਣੇ ਨੇ। ਠੀਕ ਹੈ ਰੇਟ ਕੀ ਰੱਖਿਆ ਜੀ ਰੇਟ ਦਾ 83,000 ਕਿੰਨਾ 83,000 83 80 ਤੇ ਤਿੰਨ ਹਾਂਜੀ ਹਾਂ ਬੱਚਾ ਕੀ ਨਾਲ ਕੱਟਾ। ਠੀਕ ਹੈ ਦੋਸਤੋ ਬੱਚਾ ਕੱਟਾ ਪੌਣੇ ਕੁ ਦੋ ਮਹੀਨੇ ਦੀ ਸੂਈ ਹੈ ਤੋਰਦੇ ਬਈ ਇਸ ਟਾਈਮ ਦੁੱਧ 13 ਕਿਲੋ ਤੋਂ ਬਾਹਰ ਤੁਸੀਂ ਕੰਡੇ ਤੋਲ ਸਕਦੇ ਹੋ। ਹੀਟ ਚ ਆਈ ਵੀ ਹੈ ਕੱਲ AI ਹੋ ਗਈ ਹੈ ਅਤੇ ਇੱਕ ਅੱਜ ਦੀ AI ਹੋਣੀ ਹੈ। ਸਿੰਗ ਦੋਨੇ ਕੁੰਡੇ ਆ ਪਰ ਸ਼ੇਪ ਦੋਨਾਂ ਦੀ ਡਿਫਰੈਂਟ ਆਪਸ ਵਿੱਚ ਰਲਦੀ ਨਹੀਂ। ਹਵਾਨਾ ਬਹੁਤ ਸੋਹਣਾ ਦਿਖਾਉਂਦੀ ਹੈ ਅਤੇ ਥਣ ਵੀ ਦੱਸੋ ਬਹੁਤ ਸੋਹਣਾ ਇਹਦਾ ਜਦੋਂ ਬਾਹਰ ਨਿਕਲੂਗੀ ਤੁਸੀਂ ਦੇਖ ਲਓਗੇ ਕੱਦ ਕੱਟ ਚੰਗਾ ਪਿੱਛੜੇ ਦੀ ਬਣਾਵਟ ਸਾਹਮਣੇ ਆ ਤੁਹਾਡੇ ਹਵਾਨਾ ਇਹਦਾ ਜ਼ਰੂਰ ਦੇਖ ਸਕਦੇ ਹੋ। ਹੀਟ ਦੇ ਵਿੱਚ ਅਜੇ ਵੀ ਫੁੱਲ ਹੈ ਮੇਰੇ ਖਿਆਲ 'ਚ AI ਦੀ ਜਿਹੜੀ ਹੈ ਕੱਲ੍ਹ ਤੱਕ ਹੋਊਗੀ ਫਿਰ ਬਾ ਮੋੜ ਲਾ ਬਾਈ 83,000 ਰੇਟ ਆ ਦੋਸਤੋ ਅਤੇ ਗੱਬਣ ਜਿਹੜੀ ਇਹ ਕਰਵਾਉਣ ਵਾਸਤੇ AI ਹੋ ਗਈ ਆ ਪਰ ਦੁੱਧ ਇਸ ਟਾਈਮ ਮੇਨ ਤੁਸੀਂ ਇਹਦਾ ਤੋਲ ਸਕਦੇ ਦੋਸਤੋ ਜਿੰਨਾ ਬਾਈ ਨੇ ਦੱਸਿਆ ਬਹੁਤ ਸੋਹਣੇ ਥਾਣ 'ਤੇ ਹਵਾਨਾ ਇਹਦਾ ਹੀਟ ਦੇ ਵਿੱਚ ਇਸ ਟਾਈਮ ਵੀ ਫੁੱਲ ਆ ਜਿਹੜੇ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਪਤਾ ਲੱਗ ਗਿਆ ਹੋਊਗਾ ਜਦੋਂ ਮੱਝ ਨੂੰ ਖੋਲ੍ਹ ਕੇ ਬਾਹਰ ਵੱਲ ਨੂੰ ਲੈ ਕੇ ਗਏ ਹਾਂ ਤਾਂ ਥੋੜ੍ਹੀ ਐਗਰੈਸਿਵ ਹੋਈ ਹੈ। ਹਵਾਨਾ ਦੇਖ ਸਕਦੇ ਹੋ ਤਾਂ ਦੁੱਧ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋਲੋ ਨਾਲ ਬੱਚਾ ਜਿਹੜਾ ਉਹ ਕੱਟਾ ਮਿਲਕ ਵੇਨ ਬਹੁਤ ਸੋਹਣੀ ਆਉਂਦੀ ਹੈ ਢਾਂਚਾ ਵੀ ਸੋਹਣਾ। ਇੱਕ ਮੱਝ ਇੱਧਰ ਦੋਸਤੋ ਤੋਕੜ ਹੈ ਇਹਦੇ ਬਾਰੇ ਵੀ ਬਾਈ ਤੋਂ ਪੁੱਛਦੇ ਹਾਂ। ਜਗਜੀਤ ਭਾਈ ਜਿਹੜੀ ਇਹ ਮੱਝ ਕਿੰਨਵਾਂ ਸੂਆ ਸੂਈ ਇਹ ਵੀਰੇ ਤੀਜਾ ਸੂਆ ਸੂਈ ਹੋਈ ਆ ਕਿੰਨਾ ਚਿਰ ਹੋ ਗਿਆ ਸੂਈ 6 ਮਹੀਨੇ ਦੇ ਲਗਭਗ ਹੋ ਗਿਆ ਵੀਰੇ ਟਾਈਮ ਨੂੰ ਸੂਈ ਠੀਕ ਹੈ ਅੱਛਾ ਗੱਬਣ ਇਹਨੂੰ 42-43 ਦਿਨ ਹੀ ਹੋਏ ਵੀਰੇ ਹਜੇ ਚੈੱਕ ਪਾਸ ਚ ਨਹੀਂ ਚੈੱਕ ਪਾਸ ਚ ਨਹੀਂ 42-43 ਦਿਨ ਹੋ ਗਏ AI ਹੋਈ ਵੀ ਹੈ ਵੀਰੇ ਠੀਕ ਹੈ ਅੱਛਾ ਇਹਦਾ ਦੁੱਧ ਕਿੰਨਾ ਹੁੰਦਾ ਦੁੱਧ 8 ਪਲੱਸ ਆ 8 ਕਿਲੋ ਤੋਂ ਬਾਹਰ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਕੀ ਰੇਟ ਰੱਖਿਆ ਇਹਦਾ 65,000 ਤੋਰੀਆਂ ਨੇ ਦੋਸਤੋ 8 ਕਿਲੋ ਦੁੱਧ ਹੈਗਾ ਤੇ 42-43 ਦਿਨ 40 ਤੋਂ ਬਾਹਰ ਹੋ ਗਏ ਇਹਨੂੰ ਇਹਦੀ AI ਹੋਈ ਨੂੰ ਪਰ ਹਜੇ ਪਾਸ ਨਹੀਂ ਹੈਗੀ ਚੈੱਕ ਪਾਸ ਨਹੀਂ ਹੈ ਖਾਲੀ ਕਰਕੇ ਸੌਦਾ ਕਰ ਲਿਓ ਪਰ ਜਿਹੜਾ ਸਟਰਕਚਰ ਹੈ ਪੂਰਾ ਢਾਂਚਾ ਹੈ ਉਹਦੇ ਤੋਂ ਲੱਗਦਾ ਵੀ ਸ਼ਾਇਦ ਗੱਭਣ ਰਹਿ ਗਈ ਹੋਵੇ ਪਰ ਫਿਰ ਵੀ ਤਸੱਲੀ ਆਪ ਕਰਨੀ ਹੈ ਦੋਸਤੋ ਇਹਨੂੰ ਤੁਸੀਂ ਖਾਲੀ ਮੰਨ ਕੇ ਸੌਦਾ ਕਰ ਲਿਓ ਜਿਹੜੇ ਵੀਰ ਨੇ ਇਹਨੂੰ ਖਰੀਦਣਾ। ਸੋ ਦੋਸਤੋ ਇਹ ਤੋਕੜ ਮੱਝ ਹੈ ਥਣ ਹਵਾਨਾ ਸਾਫ਼ ਹੈ 8 ਕਿਲੋ ਦੁੱਧ ਇਸ ਟਾਈਮ ਇਹਦੇ ਥੱਲੇ ਹੈਗਾ ਇੱਕ ਮੱਝ ਗੱਭਣ ਚੈੱਕ ਪਾਸ ਹੈ ਜਿਹੜੀ ਇਹ 3 ਨੰਬਰ 'ਤੇ ਮੱਝ ਹੈ ਬਾਈ 91 ਸੂਏ ਵਾਸਤੇ ਗੱਭਣ ਹੈ ਇਹ 4 ਸੂਏ ਵਾਸਤੇ ਗੱਭਣ ਹੈ ਕਿੰਨੇ ਚਿਰ ਦੀ ਚੈੱਕ ਪਾਸ ਹੈ ਇਹ 3.5 ਮਹੀਨੇ ਦੀ 3.5 ਮਹੀਨੇ ਹਾਂਜੀ ਠੀਕ ਹੈ ਅੱਛਾ ਜਿਹੜਾ ਕੋਈ ਵੀਰ ਖਰੀਦਣਾ ਚਾਹੂਗਾ ਪਾਸ ਕਰਾ ਸਕਦਾ ਆਪਦੇ ਚੈੱਕ ਕਰਵਾ ਕੇ ਹੋ ਜਾਵੇ ਠੀਕ ਹੈ ਦੁੱਧ ਕਿੰਨਾ ਬਈ ਇਸ ਟਾਈਮ 6 ਲੀਟਰ ਪਲੱਸ ਹੈ 6 ਲੀਟਰ ਦੋਵਾਂ ਟਾਈਮਾਂ ਦੇਗਾ ਮਿਲਦੀ ਕਾਹਦੇ 'ਤੇ ਥਾਪੀ ਤੇ ਹੀ ਮਿਲਦੀ ਹੈ ਹਾਂਜੀ ਇਹਦਾ ਰੇਟ ਕੀ ਰੱਖਿਆ ਇਹਦਾ 65,000 65,000 ਠੀਕ ਹੈ ਦੋਸਤੋ ਮੱਝਾਂ ਸੂਈਆਂ ਹੋਈਆਂ ਉਹਦੇ ਕਰਕੇ ਤੁਹਾਨੂੰ ਟਾਈਮ ਜਿਹੜਾ ਧਿਆਨ 'ਚ ਲਿਆ ਦੇਣਾ 1:08 'ਤੇ ਵੀਡੀਓ ਬਣਾ ਰਹੇ ਤੋਰਦੇ ਬਈ 65,000 ਰੇਟ ਆ ਅਤੇ ਇਹ ਤਾਂ ਦੋਸਤੋ ਘੁਲੀ ਵੀ ਮੱਝ ਹੈ ਹਾਲਾਂਕਿ ਚੈੱਕ ਪਾਸ ਕਰਾ ਲਿਓ ਜਿਹੜੇ ਵੀਰ ਨੇ ਖਰੀਦਣੀ ਹੋਵੇ ਜ਼ਰੂਰੀ ਹੈ
सिंक खुले आ दसो पर वेल बहुत है तो दूजी गल यह है भी ये रुत च सूंदी है साढ़े तीन महीनों की चेक पास है थोड़ा जा जिहड़ा वो मैनू लगता जिवें बहनी वाला पासा फर्क च मामूली जिहा रखदी हुंदी है चुवाई दे विच दोस्तों बाई कहिंदा कोई फर्क रह गया होगा वैसे कोई फर्क नहीं गा पर तुसीं ध्यान च कर लियो चंगी मज आ दोस्तों मार्च मेरे ख्याल च मार्च जां अप्रैल महीने च सौंदी है रुत्त तेज होगी उदों सौदा तुसीं करना पैसे तुसीं लाउणे आ जिहनूं पसंद होवे काल बाई नूं कर सकदे हो ये मझ तोकड़ गब्बण कन्फर्म चैक पास ये मझ जिहड़ी आ बाई दसदा वी कि दिनों बाद हीट च आ जांदी सी पर इस बार हीट च नहीं आई जाले जे तो दे रही है पर गब्बण बाई दसदा भी उम्मीद फुल है भी रहेगी होगी सो वैसे तुसीं इहनूं खाली मन के सौदा कर सकते हो अठ किलो दुध हैगा तो एक मझ सामने चंगे दुध ते चलदी है कोई भी नग पसंद होवे दोस्तों कॉल करो नंबर बाई दा स्क्रीन ते है तसली आप आके करके देख के खरीद सकदे हो मेहरबानी।